ਮੇਰਾ ਨਾਮ ਨੀਤਿਕਾ ਖੋਸਲਾ, ਮੈਂ ਲੁਧਿਆਣੇ ਤੋਂ ਆਈ ਹਾਂ ਅਤੇ ਇਹ ਮੇਰੀ ਭਾਣਜੀ ਆ ਹਰਮਨਪ੍ਰੀਤ ਕੌਰ, ਸਭ ਦੀ ਪਿਆਰੀ ਹਰਮਨਦੀਪ। ਔਰ ਸਾਡਾ ਬਹੁਤ ਸਾਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਇਸ ਟਾਈਮ ਕਿ ਸਾਡੇ ਕੋਲ ਉਸ ਟਾਈਮ ਜਦੋਂ ਸਾਨੂੰ ਨਿਊਜ਼ ਮਿਲੀ, ਦੀਦੀ ਨੇ ਗੁੱਡ ਨਿਊਜ਼ ਦਿੱਤੀ ਅਤੇ ਸਾਡੇ ਕੋਲ ਸਾਡੀ ਅੱਖਾਂ 'ਚ ਪਾਣੀ ਸੀ। ਅਸੀਂ ਉਹ ਮੂਮੈਂਟ ਨੂੰ ਵੀ ਬੜਾ ਯਾਨੀ ਕਿ ਉਹ ਚੀਜ਼ ਨੂੰ ਮਿਸ ਕੀਤਾ। ਕਾਸ਼ ਅਸੀਂ ਉੱਥੇ ਹੁੰਦੇ ਅਤੇ ਅਸੀਂ ਉਹਨੂੰ ਹੱਕ ਕਰਦੇ ਅਤੇ ਅਸੀਂ ਉਹਨੂੰ ਬਲੈਸਿੰਗ ਦਿੰਦੇ ਆਪਣੀਆਂ। ਅਤੇ ਚਲੋ ਠੀਕ ਹੈ, ਬਟ ਹੁਣ ਇਹ ਚੀਜ਼ ਸਾਨੂੰ ਪ੍ਰਾਊਡ ਫੀਲ ਹੁੰਦੀ ਹੈ ਕਿ ਬੱਚਾ ਸਾਡਾ 5th ਕਲਾਸ 'ਚ ਸੀ ਜਦੋਂ ਉਹ ਆਪਣਾ ਅਮੈਰੀਕਾ ਗਿਆ। ਅਤੇ ਸਾਡੇ ਜੀਜਾ ਜੀ ਨੇ ਬਹੁਤ ਕੀਤਾ ਜੀ, ਅੱਜ ਉਹ ਹੁੰਦੇ ਸਾਡੇ ਜੀਜਾ ਜੀ ਕਿੰਨਾ ਪ੍ਰਾਊਡਲੀ ਮੂਮੈਂਟ ਉਹਨਾਂ ਨੇ ਮਿਸ ਕਰਤਾ ਅਤੇ ਅੱਜ ਉਹਨਾਂ ਨੂੰ ਬੜਾ ਪ੍ਰਾਊਡ ਫੀਲ ਹੁੰਦਾ। ਅਤੇ ਚਲੋ ਨਹੀਂ ਕਰ ਪਾਈ, ਪਰ ਉਹ ਸਭ ਕੁਝ ਦੇਖ ਰਹੇ ਨੇ, ਆਪਣੀ ਬਲੈਸਿੰਗ ਦੇ ਰਹੇ ਨੇ ਕਿ ਉਹਨਾਂ ਨੇ ਮੇਰੀ ਭਾਣਜੀ ਨੇ ਆਪਣੀ ਡਾਕਟਰੀ ਵੀ ਨਾਲ ਦੀ ਨਾਲ ਕਰ ਰਹੀ ਆ, ਉਹ ਇਸ ਟਾਈਮ ਡੈਂਟਲ ਦਾ ਡੈਂਟਲਸ ਵੀ ਕਰ ਰਹੀ ਆ ਉਹ। ਅਤੇ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਔਰ 12-12 ਘੰਟੇ ਤੁਹਾਨੂੰ ਪਤਾ ਉੱਥੇ ਵਾਕ ਕਰਾਉਂਦੇ ਆ, ਹੈ ਨਾ, ਟ੍ਰੇਨਿੰਗ 'ਚ ਬੈਗ ਦਿੰਦੇ ਆ, ਹੈਵੀ ਵਾਲੇ ਬੈਗ ਦਿੰਦੇ ਆ। ਅਤੇ ਉਹ ਤੋਂ ਬਾਅਦ ਉਹਨਾਂ ਨੂੰ 20 ਘੰਟੇ ਦੀ ਟ੍ਰੇਨਿੰਗ ਦਿੱਤੀ, ਉਹ ਤੋਂ ਬਾਅਦ ਬਾਰਿਸ਼ ਵਿੱਚ ਉਹਨਾਂ ਨੂੰ ਤਿੰਨ ਚਾਰ ਦਿਨ ਰੱਖਿਆ ਔਰ ਜ਼ਮੀਨ 'ਤੇ ਸੋਣਾ ਪੈਂਦਾ ਸੀ ਬੱਚਿਆਂ ਨੂੰ ਯਾਨੀ ਕਿ ਇੰਨੀ ਹਾਰਡ ਟ੍ਰੇਨਿੰਗ ਉਸ ਕੁੜੀ ਨੇ ਆਪਣੀ ਪੂਰੀ ਕੀਤੀ। ਅਤੇ ਧੀਆਂ ਨੂੰ ਅਸੀਂ ਮੈਂ ਇਹੀ ਕਹਿਣਾ ਚਾਹੂੰਗੀ ਕਿ ਦੇਖੋ, ਜੇ ਬੱਚਾ ਵਿਦੇਸ਼ ਜਾ ਕੇ ਆਪਣਾ ਨਾਮ ਕਰ ਰਿਹਾ ਤਾਂ ਅਸੀਂ ਇੱਥੇ ਕਿਉਂ ਨਹੀਂ ਕਰ ਪਾ ਰਹੇ? ਅਤੇ ਆਪਦੀਆਂ ਧੀਆਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਪੜ੍ਹੋ ਲਿਖੋ ਔਰ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੋ, ਜਿਵੇਂ ਸਾਡੀ ਇਹ ਹਰਮਨਦੀਪ ਨੇ ਆਪਣੇ ਪੇਰੈਂਟਸ ਦਾ ਨਾਮ ਰੋਸ਼ਨ। ਮੇਰੀ ਦੀਦੀ ਨੇ ਬਹੁਤ ਸਟਰਗਲ ਕੀਤਾ, ਅੱਜ ਉਹਨਾਂ ਦਾ ਸਟਰਗਲ ਕਾਮਯਾਬ ਹੋ ਗਿਆ। ਅੱਜ ਉਹਨਾਂ ਨੂੰ ਸਾਨੂੰ ਪਤਾ ਕਿ ਉਹ ਇਸ ਟਾਈਮ ਕਿੰਨੇ ਖੁਸ਼ ਹੋਣਗੇ, ਕਿਉਂਕਿ ਉਹਨਾਂ ਨੇ ਇੰਡੀਆ ਰਹਿ ਕੇ ਵੀ ਬਹੁਤ ਸਟਰਗਲ ਕੀਤਾ, ਹੁਣ ਬਾਹਰ ਜਾ ਕੇ ਵੀ ਬਹੁਤ ਸਟਰਗਲ ਕਰ ਰਹੇ ਨੇ, ਆਪਣੇ ਬੱਚਿਆਂ ਪਿੱਛੇ ਦਿਲ ਜਾਨ ਨਾਲ ਮਿਹਨਤ ਕਰ ਰਹੇ ਨੇ। ਚਲੋ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਅਤੇ ਔਰ ਤਰੱਕੀਆਂ ਬਖਸ਼ਣ ਔਰ ਹਮੇਸ਼ਾ ਖੁਸ਼ ਰਹਿਣ। ਥੈਂਕ ਯੂ। ਮੇਰਾ ਨਾਮ ਰਜਿੰਦਰ ਕੌਰ ਹੈਗਾ ਅਤੇ ਮੇਰੀ ਭਾਣਜੀ ਹਰਮਨਦੀਪ ਕੌਰ ਹੈਗੀ, ਮੇਰੀ ਸਿਸਟਰ ਦੀ ਲੜਕੀ ਜੋ ਅਮੈਰੀਕਾ ਵਿੱਚ ਆਪਣੀ ਪੜ੍ਹਾਈ ਕੀਤੀ ਉਹਨਾਂ ਨੇ, ਔਰ ਉਹ ਆਰਮੀ ਵਿੱਚ ਉਹਨਾਂ ਨੇ ਜਿੱਦਾਂ ਜੁਆਇਨ ਕੀਤਾ ਹੈਗਾ। ਅਤੇ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਵਾਲੀ ਗੱਲ ਹੈਗੀ ਹੈ ਕਿ ਜੇ ਇਸ ਵੱਡੇ ਅਹੁਦੇ 'ਤੇ ਪਰ ਪੁੱਜੀ ਹੈਗੀ ਆ। ਅਤੇ ਬਾਕੀ ਉਹਨੇ ਸਾਡੇ ਹਲਕੇ ਗੜਸ਼ੰਕਰ ਅਤੇ ਬੀਤ ਇਲਾਕੇ ਵੀ ਦਾ ਨਾਮ ਰੋਸ਼ਨ ਕੀਤਾ ਹੈਗਾ। ਅਤੇ ਬਾਕੀ ਸਾਨੂੰ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈਗੀ ਆ। ਅਤੇ ਬਾਕੀ ਮੈਂ ਆਪਣੇ ਹੋਰ ਯਾਨੀ ਕਿ ਕੁੜੀਆਂ ਨੂੰ ਆਪਣੇ ਪਿੰਡ ਦੇ ਪੰਜਾਬ ਦੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਪੜ੍ਹ ਲਿਖ ਕੇ ਆਪਣੇ ਪੰਜਾਬ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ। ਬਸ ਗਲਤ ਰਸਤੇ ਵਿੱਚ ਨਹੀਂ ਜਾਣਾ ਹੈਗਾ, ਬਸ ਆਪਣੀ ਪੜ੍ਹਾਈ ਵੱਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਜੀ। ਜਦੋਂ ਹਰਮਨਦੀਪ ਕੌਰ ਮੇਰੀ ਭੈਣ ਦੀ, ਮੇਰੀ ਮਾਸੀ ਦੀ ਕੁੜੀ, ਜਦੋਂ ਮੈਨੂੰ ਇਹ ਗੱਲ ਪਤਾ ਲੱਗੀ ਕਿ ਉਹ ਬਾਹਰਲੀ ਇੱਦਾਂ ਆਰਮੀ 'ਚ ਸਿਲੈਕਟ ਹੋਈ ਤਾਂ ਮੈਨੂੰ ਬਹੁਤ ਖੁਸ਼ੀ ਹੋਈ, ਮੈਨੂੰ ਬਹੁਤ ਗਰਵ ਵੀ ਹੋਇਆ। ਬਾਹਰਲੀ ਮਿਲਟਰੀ 'ਚ ਇੱਦਾਂ ਸਿਲੈਕਟ ਹੋਣਾ ਅਤੇ ਬਹੁਤ ਸਿਰਫ ਮਾਣ ਵਾਲੀ ਗੱਲ ਨਹੀਂ, ਬਹੁਤ ਜ਼ਿੰਮੇਵਾਰੀ ਵਾਲਾ ਕੰਮ ਵੀ ਹੈਗਾ ਇਹ। ਮੈਨੂੰ ਪਤਾ ਮੇਰੀ ਭੈਣ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਊਗੀ ਅਤੇ ਮੈਨੂੰ ਤਾਂ ਬਹੁਤ ਹੀ ਗਰਵ ਹੋਇਆ, ਮੈਂ ਬਹੁਤ ਖੁਸ਼ੀ ਵੀ ਹੋਈ ਕਿ ਮੇਰੀ ਭੈਣ ਇੱਦਾਂ ਆਰਮੀ ਸਿਲੈਕਟ ਹੋਈ ਅਤੇ ਉਹਨੂੰ ਇੱਕ ਨਵਾਂ ਰਾਹ ਵੀ ਖੋਲ੍ਹਿਆ ਕਿ ਜਿਹ 'ਚ ਪਤਾ ਲੱਗਦਾ ਕਿ ਅੱਜ ਦੀਆਂ ਧੀਆਂ ਵੀ ਬਹੁਤ ਕੁਛ ਕਰ ਸਕਦੀਆਂ ਕਰਨਾ ਹੋਵੇ। ਬਾਕੀ ਮੈਂ ਬਹੁਤ ਖੁਸ਼ ਹੈ। ਮੈਂ ਹੈਗਾ ਮਹਿੰਦਰ ਸਿੰਘ, ਬੱਚੀ ਦਾ ਨਾਨਾ ਹੈ ਜੀ। ਬਹੁਤ ਬਹੁਤ ਜਿੱਦਣ ਦਾ ਸਾਨੂੰ ਪਤਾ ਲੱਗਾ ਸਾਨੂੰ ਕੋਈ ਸਾਰੀ ਖੁਸ਼ੀ ਦਾ ਕੋਈ ਅੰਤ ਹੀ ਨਹੀਂ ਰਿਹਾ। ਪੜ੍ਹਨ ਨੇ ਬਹੁਤ ਤੇਜ਼ ਸੀ, ਇੱਥੇ ਵੀ ਬਾਹਰ ਜਾ ਕੇ ਵੀ ਉਹ ਆਪਣਾ ਉਹਨੇ ਨਾਮ ਰੋਸ਼ਨ ਕੀਤਾ, ਮਾਂ ਬਾਪ ਦਾ ਬਲੇ ਬਲੇ ਕਰ ਦਿੱਤੀ। ਮੇਰਾ ਨਾਮ ਕੈਪਟਨ ਪਰਮਜੀਤ ਸਿੰਘ ਹੈ ਅਤੇ ਮੈਂ ਇਸ ਪਿੰਡ ਹੈਬੋਵਾਲ ਦੇ ਰਹਿਣ ਵਾਲਾ ਹਾਂ। ਇਹ ਬੇਟੀ ਜੋ ਹਰਮਨਦੀਪ ਹੈ, ਜਿਸਨੇ ਜਾ ਕੇ ਵਿਦੇਸ਼ ਦੀ ਧਰਤੀ ਉੱਤੇ ਸਾਡੇ ਪਿੰਡ ਹੈਬੋਵਾਲ, ਪੰਜਾਬ ਅਤੇ ਭਾਰਤ ਵਰਸ਼ ਦਾ ਨਾਮ ਉੱਚਾ ਰੋਸ਼ਨ ਕੀਤਾ ਹੈ, ਸਾਨੂੰ ਬਹੁਤ ਖੁਸ਼ੀ ਹੈ ਕਿ ਇੱਕ ਛੋਟੀ ਜਿਹੀ ਬੇਟੀ ਨੇ ਜਾ ਕੇ ਇੰਡੀਆ ਤੋਂ ਜਾ ਕੇ ਵਿਦੇਸ਼ ਵੀ ਜਾ ਕੇ ਨਾਮ ਕਮਾਇਆ ਹੈ। ਇਹ ਬੱਚਿਆਂ ਨੇ ਮਾਤਾ ਨਰਿੰਦਰ ਕੌਰ ਜੀ, ਜੋ ਕਿ 2 ਸਾਲ ਪਹਿਲਾਂ ਉਹ ਗਏ ਨੇ, ਪਰ ਬੱਚੇ 7 ਤੋਂ 8 ਸਾਲ ਪਹਿਲਾਂ ਇੱਥੋਂ ਜਾ ਚੁੱਕੇ ਸਨ। ਸਭ ਤੋਂ ਅੱਜ ਉਹਨਾਂ ਦਾ ਰਿਜ਼ਲਟ ਜੋ ਕਿ ਸਭ ਤੋਂ ਜੋ ਛੋਟੀ ਬੇਟੀ ਹੈ
ਉਹ ਯੂ ਐੱਸ ਆਰਮੀ ਦੇ ਵਿੱਚ ਐਜ ਏ ਸਿਪਾਹੀ ਦੇ ਤੌਰ 'ਤੇ ਭਰਤੀ ਹੋਈ। ਮੈਂ ਖੁਦ 32 ਸਾਲ ਸਰਵਿਸ ਕਰਕੇ ਆਇਆ ਫੌਜ ਦੇ ਵਿੱਚ। ਮੈਨੂੰ ਪਤਾ ਹੈ ਕਿ ਇੱਕ ਬੱਚੇ ਸਿਪਾਹੀ ਨੂੰ ਕਿੰਨੀ ਜ਼ਿਆਦਾ ਮਿਹਨਤ ਮੁਸ਼ਕਤ ਕਰਨੀ ਪੈਂਦੀ। ਜਿਵੇਂ ਦੱਸਿਆ ਕਿ ਰਾਤ ਨੂੰ ਵੀ ਅਸੀਂ ਜਾਣਾ ਹੁੰਦਾ, ਸਵੇਰੇ ਵੀ ਜਾਣਾ, ਕਿਤੇ ਪਾਣੀ ਵੀ ਜਾਣਾ, ਜੰਗਲਾਂ 'ਚ ਵੀ ਜਾਣਾ ਹੁੰਦਾ, ਅਲੱਗ ਅਲੱਗ ਪ੍ਰਕਾਰ ਦੇ ਐਡਵੈਂਚਰਸ ਕਲਾਸਿਸ ਕਰਾਉਂਦੇ ਨੇ ਉਹ। ਉਹਨਾਂ ਟ੍ਰੇਨਿੰਗ ਤੋਂ ਬਾਅਦ ਹੀ ਜਾ ਕੇ ਬੱਚਾ ਇੱਕ ਸਾਲ ਜਾਂ 1.5 ਸਾਲ ਦੇ ਬਾਅਦ ਜਾ ਕੇ ਬੱਚਾ ਬਣ ਜਾਂਦਾ। ਤਾਂ ਉਹ ਬੱਚੀ ਨੇ ਇਸ ਪੜਾਓ ਨੂੰ ਪੂਰਾ ਕਰਕੇ ਐਜ਼ ਏ ਮਤਲਬ ਇੱਕ ਯੂ ਐੱਸ ਆਰਮੀ ਵਿੱਚ ਇੱਕ ਸਿਪਾਹੀ ਦੇ ਤੌਰ 'ਤੇ ਭਰਤੀ ਹੋਈ ਹੈ। ਸਾਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਵੀਰ ਦਾ ਨਾਮ ਰੌਸ਼ਨ ਕੀਤਾ ਹੈ। ਮੈਂ ਇਹੀ ਅਰਦਾਸ ਕਰਦਾ ਹਾਂ ਕਿ ਬੱਚੀ ਨੇ ਜਿਸ ਤਰ੍ਹਾਂ ਸਾਡੀ ਬੱਚੀ ਨੇ ਨਾਮ ਕੀਤਾ, ਇਸ ਤਰ੍ਹਾਂ ਪੰਜਾਬ ਦੀਆਂ ਬਾਕੀ ਬੱਚਿਆਂ ਵੀ ਆਪਣੇ ਪੜ੍ਹਾਈ ਨੂੰ ਮੁੱਖ ਰੱਖ ਕੇ, ਬਾਕੀ ਜਿਹੜੇ ਬੱਚੇ ਨੇ ਪੰਜਾਬ ਦੇ ਉਹਨਾਂ ਵੀ ਮੈਂ ਰਿਕੁਐਸਟ ਕਰਦਾ ਹਾਂ ਕਿ ਜਿਹੜਾ ਨਸ਼ਾ ਨੂੰ ਛੱਡ ਕੇ ਆਪਣਾ ਵਿਹਲੜਪਣ ਛੱਡ ਕੇ ਆਪਣੀ ਪੜ੍ਹਾਈ ਸਖਤ ਮਿਹਨਤ ਕਰਨ, ਤਾਂ ਕਿ ਆਪਣੇ ਮਾਂ ਬਾਪ, ਆਪਣੇ ਦੇਸ਼ ਅਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਜੀ।